मोगा पुलिस ने आज 13 तारीख को NRI महिला परमिंदर कौर से पर्स खींचने वाले दो लुटेरों को पकड़ने में कामयाबी हासिल की है। पुलिस ने उनके कब्जे से $3300 और एक मोबाइल फोन, 4 रिंग और एक मोटरसाइकिल बरामद किया है और आगे की कार्रवाई पुलिस द्वारा की जा रही है। पुलिस को इन लुटेरों की लूट करने के बाद वहां से जाते हुए रास्ते में लगे CCTV में आई फोटो से पहचान की है और महिला के बयानों पर मामला दर्ज कर लिया है। ਪਰਮਿੰਦਰ ਕੌਰ ਸੇਖਾ ਜੀ ਉਹਨਾਂ ਦੇ ਬਿਆਨਾਂ ਦੇ NRI ਜੀ ਮੈਡਮ ਉਹਨਾਂ ਨੇ ਬਿਆਨ ਕੀਤਾ ਵੀ 13-2 ਨੂੰ ਸ਼ਾਮ ਨੂੰ ਮੇਰੇ ਤੋਂ ਦੋ ਨੌਜਵਾਨ ਮੋਟਰਸਾਈਕਲ ਪਰਸ ਖੋ ਕੇ ਲੈ ਗਏ ਆ ਜੀ ਤੋਂ $5,000 ਸੋਨੇ ਦੀਆਂ ਮੁੰਦਰੀਆਂ HT ਦਾ ਮੋਬਾਈਲ ਪਾਸਪੋਰਟ ਅਤੇ ਹੋਰ ਕਾਗਜ਼ਾਤ ਮੌਜੂਦ ਸਨ ਅਤੇ ਕੱਲ੍ਹ ਅਸੀਂ ਉੱਥੇ ਭਾਰਤ ਸਿੰਘ ਚੌਂਕ ਖੜ੍ਹੇ ਸੀਗੇ ਜੀ ਅਤੇ ਸਾਨੂੰ ਇਤਲਾਹ ਮਿਲੀ ਕਿ ਦੋ ਨੌਜਵਾਨ ਬਾਈਪਾਸ ਵਾਲੇ ਸਕੀਮ ਲਾ ਰਹੇ ਵੀ ਅੱਜ ਫਿਰ ਲੁੱਟਾਂਗੇ ਨਗਰ ਨੂੰ ਅਤੇ ਅਸੀਂ SHO ਸਾਹਿਬ ਨੂੰ ਦੱਸ ਗਏ ਸੁਰੇਸ਼ ਸਿੰਘ ਮੁੱਖ ਅਫਸਰ ਦੇ ਹਦਾਇਤਾਂ ਮੁਤਾਬਕ ਅਸੀਂ ਉੱਥੇ ਗਏ ਜੀ ਅਤੇ ਭੱਜਣ ਲੱਗੇ ਤਾਂ ਮੈਂ ਫੜ ਲਏ ਜੀ ਨਾਲ ਪੁਲਿਸ ਪਾਰਟੀ ਸੀ ਤੇ ਫੜਦੇ ਇਹਨਾਂ ਨੂੰ ਪੁੱਛਗਿੱਛ ਕੀਤੀ ਇਹਨਾਂ ਨੇ ਮੰਨ ਲਿਆ ਸਾਡੇ ਕੋਲ ਡਾਲਰ ਵੀ ਹੈਗੇ ਆ ਜੀ ਅਤੇ ਮੁੰਦਰੀਆਂ ਵੀ ਹੈਗੀਆਂ ਜੀ ਮੋਬਾਈਲ ਵੀ ਹੈਗਾ ਜਿਹੜੇ ਇਹਨਾਂ ਨੇ ਪਾਸਪੋਰਟ ਅਤੇ ਹੋਰ ਕਾਗਜ਼ਾਤ ਉਹ ਪੜ ਕੇ ਛੱਡਤੇ ਜੀ ਹੁਣ ਇਹਨਾਂ ਕੋਲ ਕੀ ਅੱਜ ਬਰਾਮਦ ਹੋਇਆ ਇਹਨਾਂ ਕੋਲ $3300 ਹੋਇਆ ਜੀ ਬਰਾਮਦ ਕਨੇਡੀਆਂ ਦਾ $2 ਹੋਇਆ ਜੀ ਪੰਜ ਸੌ ਰੁਪਏ ਦੇ ਅਤੇ ਮੁੰਦਰੀਆਂ 4 ਮਿਲ ਗਈਆਂ ਜੀ ਮੋਬਾਈਲ ਮਿਲ ਗਿਆ ਜੀ ਇੱਕ ਮੋਟਰਸਾਈਕਲ ਮਿਲਿਆ ਜੀ ਖੜਾ ਜੀ ਇਹਨਾਂ ਕੋਲ ਪ੍ਰੂਫ ਹੋਇਆ ਇਹ ਕਿੱਥੋਂ ਲਿੱਤੇ ਇਹਨਾਂ ਨੇ ਹੋਇਆ ਇਹ ਜੀ ਸਰਦਾਰ ਨਗਰ 'ਚ ਗਲੀ ਨੰਬਰ 2 ਚੋਂ ਉੱਥੋਂ ਨਾਲ ਸ਼ਾਮ ਨੂੰ ਹੋਇਆ ਜੀ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੋਏ ਇਹਨਾਂ ਦੇ ਕਈ ਮਾਮਲੇ ਦਰਜ ਹੈ ਚੋਰੀਆਂ ਦੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੁਕੱਦਮਾ ਦਰਜ ਕਰਤਾ ਜੀ ਪੁੱਛਗਿੱਛ ਜਾ ਰਹੀ ਆ ਪ੍ਰਮਾਣ ਲਿਆ ਵਾ ਹੁਣ ਇਹਨਾਂ ਅਦਾਲਤ 'ਚ ਪੇਸ਼ ਕਰਨ ਜਾ ਰਹੇ ਜੀ